ब्रेकफास्ट ਵਿੱਚ ਹੋਣ ਗਰਮਾ ਗਰਮ ਪਰੌਂਠੇ ਤੇ ਖਾਣ ਦਾ ਮਜ਼ਾ ਆ ਜਾਂਦਾ ਉੱਤੋਂ ਹੁਣ ਮੂਲੀ ਦੇ ਪਰੌਂਠੇ ਤੇ ਡਬਲ ਮਜ਼ਾ ਆ ਜਾਂਦਾ ਸੋ ਗਾਇਜ਼ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਗਰਮਾ ਗਰਮ ਮੂਲੀ ਦੇ ਪਰੌਂਠੇ ਨਾਲ ਠੰਡਾ ਠੰਡਾ ਮੱਖਣ ਹੈਲੋ ਗਾਇਜ਼ ਵੈਲਕਮ ਬੈਕ ਟੂ ਅਰ YouTube ਚੈਨਲ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਚਲੋ ਅੱਜ ਦੀ ਵੀਡੀਓ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਮੂਲੀ ਨੂੰ ਚੰਗੀ ਤਰ੍ਹਾਂ ਛਿੱਲ ਲਾਂਗੇ ਤੇ ਛਿੱਲਣ ਤੋਂ ਬਾਅਦ ਉਹਨੂੰ ਵਾਸ਼ ਕਰਾਂਗੇ ਤੇ ਉਸ ਤੋਂ ਬਾਅਦ ਇਹਨੂੰ ਗ੍ਰੇਟ ਕਰਾਂਗੇ ਦੇਖ ਸਕਦੇ ਹੋ ਇਸ ਤਰੀਕੇ ਤੁਸੀਂ ਆਸਾਨੀ ਨਾਲ ਮੂਲੀ ਗ੍ਰੇਟ ਕਰ ਸਕਦੇ ਹੋ ਇਸੇ ਤਰੀਕੇ ਅਸੀਂ ਸਾਰੀਆਂ ਮੂ ਹੁੰਦੇ ਨੇ ਸੋ ਇੱਥੇ ਸਾਡੀ ਸਾਰੀ ਮooli ਗ੍ਰੇਟ ਹੋ ਚੁੱਕੀ ਐ ਹੁਣ ਇਹਦੇ ਵਿੱਚ ਅਸੀਂ 1 ਟੇਬਲस्पून ਨਮਕ ਐਡ ਕੀਤਾ ਐ ਸਭ ਤੋਂ ਪਹਿਲਾਂ ਸਿਰਫ ਨਮਕ ਐਡ ਕਰਨਾ ਐ ਔਰ ਉਹਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਐ ਇਹਦੇ ਨਾਲ ਜਿਹੜਾ ਵੀ ਪਾਣੀ ਹੁੰਦਾ ਨਾ ਮooli ਦੇ ਅੰਦਰ ਉਹ ਆਪਣੇ ਆਪ ਨਿਕਲਣਾ ਸ਼ੁਰੂ ਹੋ ਜਾਂਦਾ ਐ ਸੋ ਹੁਣ ਇਹਨੂੰ ਅਸੀਂ ਇੱਕ ਕਾਟਨ ਦੇ ਕੱਪੜੇ ਵਿੱਚ ਰੱਖ ਕੇ ਤੇ ਚੰਗੀ ਤਰ੍ਹਾਂ ਨਿਚੋੜਾਂਗੇ ਔਰ ਪਾਣੀ ਕੱਢਾਂਗੇ ਤੁਸੀਂ ਕਿਸੇ ਵੀ ਕਾਟਨ ਦੇ ਕੱਪੜੇ 'ਚ ਜਾਂ ਫਿਰ ਹੈਂਕੀ ਦੇ ਜਾਂ ਫਿਰ ਜਿਹੜੇ ਪੌਣੇ ਹੁੰਦੇ ਉਹਦੇ ਵਿੱਚ ਇਸ ਤਰੀਕੇ ਮooli ਐਡ ਕਰਕੇ ਤੇ ਉਹਨੂੰ ਚੰਗੀ ਤਰ੍ਹਾਂ ਨਿਚੋੜ ਸਕਦੇ ਮooli ਦੀ ਪ੍ਰੌਨਠੀ ਬਣਾਉਣ ਦਾ ਸਭ ਤੋਂ ਪਹਿ ਤੋਂ ਬਾਅਦ ਉਹਦੇ ਵਿੱਚ ਨਮਕ ਐਡ ਕਰਕੇ ਤੇ ਉਹਨੂੰ ਇਸ ਤਰੀਕੇ ਕਾਟਨ ਦੇ ਕੱਪੜੇ 'ਚ ਰੱਖ ਕੇ ਅਸੀਂ ਨਿਚੋੜਨਾ ਤਾਂ ਕਿ ਉਹਦੇ ਵਿੱਚ ਪਾਣੀ ਸਾਰਾ ਜੋ ਵੀ ਹੈ ਨਿਕਲ ਜੇ ਅਗਰ ਤੁਸੀਂ ਨਮਕ ਨਹੀਂ ਐਡ ਕਰੋਗੇ ਉਦੋਂ ਵੀ ਪਾਣੀ ਨਿਕਲਦਾ ਲੇਕਿਨ ਥੋੜਾ ਘੱਟ ਨਿਕਲਦਾ ਹੈ ਨਮਕ ਐਡ ਕਰਨ ਤੋਂ ਬਾਅਦ ਪ੍ਰੋਪਰ ਪਾਣੀ ਨਿਕਲ ਜਾਂਦਾ ਹੈ ਔਰ ਜਦੋਂ ਅਸੀਂ ਪ੍ਰੌਨਟੀ ਬਣਾਉਂਦੇ ਆ ਫਿਰ ਪ੍ਰੌਨਟੀ ਫਟ ਦਿਨੀ ਆ ਹੁਣ ਅਸੀਂ ਪੈਨ ਵਿੱਚ 1 ਟੇਬਲਸਪੂਨ ਆਇਲ ਐਡ ਕੀਤਾ ਹੈ ਆਇਲ ਜਦੋਂ ਸਾਡਾ ਗਰਮ ਹੋ ਗਿਆ ਫਿਰ ਉਹਦੇ ਵਿੱਚ ਅਸੀਂ 3 ਟੇਬਲਸਪੂਨ ਵੇਸਨ ਐਡ ਕੀਤਾ ਹੈ ਵੇਸਨ ਨੂੰ ਅਸੀਂ 2 ਮਿੰਟ ਤੱਕ ਰੋਸਟ ਕਰਨਾ ਹੈ ਜਦੋਂ ਵੇਸੇ ਚੰਗੀ ਤਰ ਉਸ ਤੋਂ ਬਾਅਦ ਇਹਦੇ ਵਿੱਚ ਅਸੀਂ ਜਿਹੜੀ ਮੂਲੀ ਨਿਚੋੜ ਕੇ ਰੱਖੀ ਹੈ ਉਹਨੂੰ ਐਡ ਕਰਨੀ ਹੈ ਅਸੀਂ ਤਾਂ ਜਦੋਂ ਵੀ ਮੂਲੀ ਵਾਲੀ ਪਰੌਂਠੀ ਬਣਾਉਂਦੇ ਇਸ ਤਰੀਕੇ ਦੀ ਫਿਲਿੰਗ ਘਰ ਬਣਾਉਂਦੇ ਆ ਤੁਸੀਂ ਵੀ ਟਰਾਈ ਕਰਿਓ ਬਹੁਤ ਟੇਸਟੀ ਬਣਦੀ ਹੈ ਹੁਣ ਜਿਹੜੇ ਮੂਲੀ ਦੇ ਪੱਤੇ ਹੁੰਦੇ ਆ ਉਹਨੂੰ ਥੋੜਾ ਜਿਹਾ ਅਸੀਂ ਚੌਪ ਕਰਕੇ ਵਿੱਚ ਐਡ ਕਰਤਾ ਹੈ ਨਾਲ ਹਰੀ ਮਿਰਚਾ ਐਡ ਕੀਤੀਆਂ ਹਰੀ ਮਿਰਚਾ ਤੁਸੀਂ ਆਪਣੇ ਸਵਾਦ ਅਨੁਸਾਰ ਐਡ ਕਰ ਸਕਦੇ ਹੋ ਥੋੜਾ ਜਿਹਾ ਅਸੀਂ ਅਦਰਕ ਵੀ ਗ੍ਰੇਟ ਕਰਕੇ ਐਡ ਕੀਤਾ ਹੈ ਆਪਸ਼ਨਲ ਹੈ ਅਗਰ ਤੁਹਾਨੂੰ ਅਦਰਕ ਨਹੀਂ ਪਸੰਦ ਤਾਂ ਤੁਸੀਂ ਸਕਿਪ ਵੀ ਕਰ ਸਕਦੇ ਹੋ ਹਾਫ ਟੇਬਲस्पून ਅਸੀਂ ਨਮਕ ਐਡ ਕੀਤਾ ਹੈ ਨਮਕ ਤੁਸੀਂ ਆਪਣੇ ਸਵਾਦ ਅਨੁਸਾਰ ਐਡ ਕਰ ਸਕ ਟੇਬਲस्पून ਜੀਰਾ ਐਡ ਕੀਤਾ ਹੈ ਔਰ ਇਹਦੇ ਵਿੱਚ ਅਸੀਂ ਹਾਫ ਟੇਬਲस्पून ਧਨੀਆ ਪਾਊਡਰ ਵੀ ਐਡ ਕੀਤਾ ਹੈ ਹੁਣ ਇਹਦੇ ਵਿੱਚ ਅਸੀਂ ਐਡ ਕਰਾਂਗੇ 1 ਟੇਬਲस्पून ਅਨਾਰ ਦਾਣਾ ਇਹਦੇ ਨਾਲ ਬਹੁਤ ਜ਼ਿਆਦਾ ਅੱਛਾ ਟੇਸਟ ਆਂਦਾ ਹੈ ਫਿਲਿੰਗ ਵਿੱਚ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਹਾਫ ਟੇਬਲस्पून ਅਜਵਾਇਨ ਇਹਨੂੰ ਅਸੀਂ ਹੱਥ ਦੇ ਨਾਲ ਇਸ ਤਰੀਕੇ ਕ੍ਰਸ਼ ਕਰਕੇ ਐਡ ਕਰਾਂਗੇ ਤੇ ਨਾਲ ਹੀ ਉੱਤੋਂ ਅਸੀਂ ਐਡ ਕਰਨ ਜਾ ਰਹੇ ਹਾਂ ਧਨੀਆ ਬਹੁਤ ਜ਼ਿਆਦਾ ਅੱਛਾ ਫਲੇਵਰ ਆਂਦਾ ਹੈ ਜਦੋਂ ਤੁਸੀਂ ਮੂਲੀ ਦੇ ਪੱਤੇ ਵੀ ਵਿੱਚ ਐਡ ਕਰਦੇ ਹੋ ਔਰ ਧਨੀਆ ਵੀ ਐਡ ਕਰਦੇ ਹੋ ਹੁਣ ਇਹਦੇ ਵਿੱਚ ਹਾਫ ਟੇਬਲस्पून ਲਾਲ ਮਿਰਚੀ ਐਡ ਕੀਤੀ ਹੈ ਔਰ ਹਲਕੀ ਜੀ ਅਸੀਂ ਇਹਦੇ ਵਿੱਚ ਹਲਦੀ ਵੀ ਐ ਪ੍ਰਿੰਟਰੀ ਕਰਨੀ ਹੈ ਬਹੁਤ ਜ਼ਿਆਦਾ ਨਹੀਂ ਹਲਕਾ ਜਿਹਾ ਕਲਰ ਚੇਂਜ ਕਰਨ ਲਈ ਅਸੀਂ ਇਹਦੇ ਵਿੱਚ ਹਲਦੀ ਐਡ ਕੀਤੀ ਹੈ ਹੁਣ ਇਹਨੂੰ ਅਸੀਂ 2 ਕਮਿੰਟ ਤੱਕ ਰੋਸਟ ਕਰਾਂਗੇ ਤੇ ਸਾਡੀ ਫਿਲਿੰਗ ਬਣ ਕੇ ਰੈਡੀ ਹੋ ਚੁੱਕੀ ਹੈ ਨਾਰਮਲੀ ਜਦੋਂ ਲੋਕ ਮੂਲੀ ਵਾਲੀ ਪ੍ਰੌਂਠੀ ਬਣਾਉਂਦੇ ਨੇ ਫਿਰ ਉਹ ਸਾਰੇ ਮਸਾਲੇ ਡਾਇਰੈਕਟ ਐਡ ਕਰਦੇ ਨੇ ਲੇਕਿਨ ਅਸੀਂ ਇਸ ਤਰੀਕੇ ਰੋਸਟ ਕਰਕੇ ਸਾਰਾ ਕੁਝ ਫਿਲਿੰਗ ਬਣਾਉਂਦੇ ਆ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਫਿਲਿੰਗ ਤੁਸੀਂ ਵੀ ਇਸ ਤਰੀਕੇ ਦੀ ਫਿਲਿੰਗ ਜ਼ਰੂਰ ਬਣਾ ਕੇ ਟਰਾਈ ਕਰਿਓ ਹੁਣ ਅਸੀਂ ਪ੍ਰੌਂਠੀਆਂ ਵਾਸਤੇ ਆਟਾ ਗੁੰਨ ਕੇ ਰੱਖ ਲੈਣੇ ਆ ਨਾਰਮਲੀ ਆਟਾ ਤਾਂ ਹਰ ਕਿਸੇ ਨੂੰ ਗੁੰਨਣਾ ਆਉਂਦਾ ਹੈ ਗਾਇਜ਼ ਲ ਗੇਨੇ ਉਹਨਾਂ ਨੂੰ ਨਹੀਂ ਆਂਦਾ ਸੋ ਇਹ ਪਾਰਟ ਮੈਂ ਉਹਨਾਂ ਲਈ ਵੀ ਐਡ ਕੀਤਾ ਹੈ ਵੀਡੀਓ ਦੇ ਇਸ ਤਰੀਕੇ ਤੁਸੀਂ ਬੜੇ ਆਰਾਮ ਨਾਲ ਥੋੜਾ ਥੋੜਾ ਪਾਣੀ ਐਡ ਕਰਕੇ ਤੇ ਆਪਣਾ ਆਟਾ ਰੈਡੀ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਆਸਾਨ ਹੁੰਦਾ ਹੈ ਆਟਾ ਗੁੰਨਾ ਇਸ ਤਰੀਕੇ ਇਕੱਠਾ ਹੋ ਗਿਆ ਇਹਨੂੰ ਥੋੜੀਕ ਜਿਹੀ ਦੇਰ ਅਸੀਂ ਇਸ ਤਰੀਕੇ ਮਸਲ ਕੇ ਗੁੰਨਾਗੇ ਸੋ ਸਾਡਾ ਡੋ ਬਿਲਕੁਲ ਚੰਗੀ ਤਰ੍ਹਾਂ ਬਣ ਕੇ ਰੈਡੀ ਹੋ ਜਾਏਗਾ ਔਰ ਵੈਸੇ ਵੀ ਤਾਜ਼ੇ ਆਟੇ ਦੀ ਪ੍ਰੌਂਠੀ ਬਣਾਓ ਤੇ ਬਹੁਤ ਹੀ ਜ਼ਿਆਦਾ ਕ੍ਰਾਂਚੀ ਔਰ ਕ੍ਰਿਸਪੀ ਬਣ ਕੇ ਰੈਡੀ ਹੁੰਦੀ ਹੈ ਹੁਣ ਅਸੀਂ ਕਰਦੇ ਹਾਂ ਪ੍ਰੌਂਠੀ ਬਣਾਉਣ ਦੀ ਤਿਆਰੀ ਸਭ ਤੋਂ ਪਹਿਲਾਂ ਅਸੀਂ ਇੱਕ ਛੋਟਾ ਜਿਹਾ ਪ ਇਹ ਇੱਕ ਡਬਲ ਪੇੜੇ ਚ ਬਣਦੀ ਹੈ। ਕਈ ਵਾਰੀ ਕਈਆਂ ਨੂੰ ਸਿੰਗਲ ਪੇੜੇ ਚ ਇਹ ਪ੍ਰੌਂਠੀ ਬਣਾਣੀ ਔਖੀ ਲੱਗਦੀ ਹੈ ਜਦੋਂ ਬਣਾਉਂਦੇ ਤੇ ਫਟਣੀ ਸ਼ੁਰੂ ਹੋ ਜਾਂਦੀ ਹੈ। ਸੋ ਅੱਜ ਅਸੀਂ ਈਜ਼ੀ ਤਰੀਕਾ ਦੱਸਾਂਗੇ ਜੇ ਡਬਲ ਪੇੜੇ ਚ ਬਣਦੀ ਹੈ ਔਰ ਜਿਨ੍ਹਾਂ ਨੂੰ ਡਬਲ ਚ ਨਹੀਂ ਬਣਾਨੀ ਆਉਂਦੀ ਉਹ ਇਸ ਤਰੀਕੇ ਸਿੰਗਲ ਪੇੜੇ ਚ ਬਣਾ ਕੇ ਰੈਡੀ ਕਰ ਸਕਦੇ ਨੇ। ਸੋ ਇਸ ਤਰ੍ਹਾਂ ਪਹਿਲਾਂ ਆਪਾਂ ਛੋਟੀ ਜੀ ਰੋਟੀ ਵੇਲ ਲਈ ਹੈ। ਉਹਦੇ ਵਿੱਚ ਫਿਲਿੰਗ ਪਾ ਕੇ ਤੇ ਇਸ ਤਰੀਕੇ ਹੁਣ ਅਸੀਂ ਦੋਨੋਂ ਹੱਥਾਂ ਨਾਲ ਸਾਰਾ ਆਟਾ ਸਾਈਡਸ ਤੋਂ ਇਕੱਠਾ ਕਰਾਂਗੇ ਔਰ ਇੱਥੇ ਸਾਡਾ ਪੇੜਾ ਬਣ ਕੇ ਰੈਡੀ ਹੋ ਗਿਆ ਹੈ। ਹੁਣ ਇਹਨੂੰ ਅਸੀਂ ਉੱ ਦੇਖ ਸਕਦੇ ਹੋ ਉੱਥੇ ਸਾਡਾ ਪੇੜਾ ਬਣ ਕੇ ਰੈਡੀ ਹੋ ਗਿਆ ਹੁਣ ਇਹਨੂੰ ਅਸੀਂ ਚਾਰੋਂ ਸਾਈਡਸ ਤੇ ਫਿੰਗਰਸ ਦੇ ਨਾਲ ਦਬਾਵਾਂਗੇ ਤਾਂ ਕਿ ਫਿਲਿੰਗ ਸਾਡੀ ਚਾਰੋਂ ਸਾਈਡਸ ਤੇ ਜਾਵੇ ਹੁਣ ਥੋੜਾ ਜਾ ਅਸੀਂ ਸੁੱਕਾ ਆਟਾ ਲਗਾਵਾਂਗੇ ਪੇੜੇ ਤੇ ਔਰ ਇਹਨੂੰ ਹਲਕੇ ਹੱਥ ਨਾਲ ਵੇਲੇ ਨੇ ਨਾਲ ਵੇਲਣਾ ਸ਼ੁਰੂ ਕਰਾਂਗੇ ਬਹੁਤ ਜ਼ਿਆਦਾ ਹਾਰਡ ਹੱਥ ਨਾਲ ਨਹੀਂ ਵੇਲਣਾ ਤਾਂ ਕਿ ਸਾਡਾ ਪਰੌਂਠਾ ਹਾਰਡ ਨਾ ਬਣੇ ਸੋ ਇਸ ਤਰੀਕੇ ਹਲਕੇ ਹੱਥ ਨਾਲ ਅਸੀਂ ਪਰੌਂਠੀ ਵੇਲ ਲਈਏ ਸੋ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਤਰੀਕੇ ਨਾਲ ਪਰੌਂਠੀ ਵੇਲ ਕੇ ਰੈਡੀ ਹੋ ਚੁੱਕੀ ਆ ਹੁਣ ਅਸੀਂ ਦੱਸਦੇ ਆ ਤੁਹਾਨੂੰ ਦੂਸਰਾ ਤਰੀਕਾ ਉਸੇ ਤਰੀਕੇ ਸਭ ਤੋਂ ਪਹਿਲਾਂ ਅਸੀਂ ਦੋਨੋਂ ਵੀ ਰੋਟੀ ਵਾਂਗੂ ਵੇਲ ਕੇ ਹੁਣ ਇਸ ਤਰੀਕੇ ਪਹਿਲਾਂ ਫਿਲਿੰਗ ਨੂੰ ਫਿਲ ਕਰਨ ਤੋਂ ਬਾਅਦ ਚਾਰੋਂ ਪਾਸੇ ਅਸੀਂ ਫਿਲ ਕਰਨਾ ਚੰਗੀ ਤਰ੍ਹਾਂ ਤਾਂ ਕਿ ਜਦੋਂ ਅਸੀਂ ਪਰੌਂਠੀ ਖਾਈਏ ਤੇ ਸਾਰੀ ਸਾਈਡਸ ਤੋਂ ਸਵਾਦ ਆਵੇ ਸੋ ਇੱਥੇ ਫਿਲ ਕਰਤੀ ਅਸੀਂ ਫਿਲਿੰਗ ਤੇ ਦੂਸਰਾ ਪੇੜਾ ਜਿਹੜਾ ਵੇਲਿਆ ਸੀ ਉਹਨੂੰ ਉੱਪਰ ਰੱਖ ਕੇ ਉਹਦੇ ਉੱਤੇ ਹੀ ਤੇ ਹੁਣ ਨੂੰ ਕਵਰ ਕਰ ਦਾਂਗੇ ਇਸ ਤਰੀਕੇ ਚਾਰੋਂ ਸਾਈਡਸ ਤੋਂ ਸੋ ਦੇਖ ਸਕਦੇ ਹੋ ਗਾਇਜ਼ ਤੁਸੀਂ ਕਿੰਨੀ ਈਜ਼ੀਲੀ ਅਸੀਂ ਡਬਲ ਪੇੜੇ ਵਾਲੀ ਵੀ ਰੋਟੀ ਵੇਲ ਲਈ ਆ ਔਰ ਸਿੰਗਲ ਪੇੜੇ ਵਾਲੀ ਵੀ ਦੋਨੋਂ ਹੀ ਬਹੁਤ ਜ਼ਿਆਦਾ ਈਜ਼ੀ ਹੁੰਦੀਆਂ ਨੇ ਲੇਕਿਨ ਕਈ ਵਾਰੀ ਕਈਆਂ ਕੋਲ ਨਹੀਂ ਵੇਲੀਆਂ ਜਾਂਦੀ ਸਿੰਗਲ ਤੇ ਹਲਕੇ ਹੱਥ ਨਾਲ ਹੀ ਵੇਲਾਂਗੇ ਤੇ ਸੋ ਇੱਥੇ ਸਾਡਾ ਪਰੌਂਠਾ ਵੇਲ ਕੇ ਰੈਡੀ ਹੋ ਚੁੱਕਿਆ ਹੈ ਅਗਰ ਤੁਸੀਂ ਛੋਟੀ-ਛੋਟੀ ਸਾਈਜ਼ ਦੀ ਪਰੌਂਠੀ ਖਾਣਾ ਪਸੰਦ ਕਰਦੇ ਹੋ ਤੇ ਥੋੜਾ ਛੋਟਾ ਪੇੜਾ ਯੂਜ਼ ਕਰ ਲਓ ਅਗਰ ਇਸ ਤਰੀਕੇ ਵੱਡੀ ਪਰੌਂਠੀ ਖਾਣਾ ਪਸੰਦ ਕਰਦੇ ਹੋ ਤੇ ਹਲਕਾ ਜਿਹਾ ਪੇੜਾ ਸੀ ਥੋੜਾ ਮੋਟਾ ਵੀ ਪੇੜਾ ਯੂਜ਼ ਕਰ ਸਕਦੇ ਆ ਸੋ ਪਰੌਂਠਿਆਂ ਨੂੰ ਅਸੀਂ ਵੇਲ ਕੇ ਤੇ ਰੱਖ ਲਿਆ ਹੁਣ ਇਹਨਾਂ ਨੂੰ ਅਸੀਂ ਪਕਾਉਣ ਦੀ ਤਿਆਰੀ ਕਰਦੇ ਆ ਸਭ ਤੋਂ ਪਹਿਲਾਂ ਅਸੀਂ ਤਵਾ ਗਰਮ ਕੀਤਾ ਤਵਾ ਗਰਮ ਹੋ ਉਹਦੇ ਬਾਅਦ ਉਹਦੇ ਉੱਤੇ ਘਿਓ ਲਗਾਇਆ ਹੈ ਚੰਗੀ ਤਰ੍ਹਾਂ ਤੇ ਹੁਣ ਇੱਕ ਸਾਈਡ ਉਹਦੇ ਉੱਤੇ ਤਵੇ ਤੇ ਰੱਖਤੀ ਆ ਪਰ फेर एड पलटावाख सलका हल्का इतने पक चुका है घो लगावे चाहो कर सकते हो सो इत एक सैड लग चुका है और दूसरी साइड हल्की हल्की होर पक चुकी होगी हूं इन अलटा पलटा के दूसरी साइड भी सेक लें गाइज इस तरीके अं लो टू मीडियम फ्लेम से सारे परंठे बनाने हैं तो बहुत ही ज्यादा क्रिस्पी और करंची बन के रेडी होने और जी फिलिंग है ना जिस तरीके ਕਿ ਅਸੀਂ ਬਣਾਈ ਹੈ ਨਾ ਸਟੈਪ ਬਾਈ ਸਟੈਪ ਤੁਸੀਂ ਵੀ ਉਸ ਤਰੀਕੇ ਬਣਾਓਗੇ ਨਾ ਵਾਕਈ ਤੁਹਾਨੂੰ ਗਰਮਾ ਗਰਮ ਮੂਲੀ ਦੇ ਪਰੌਂਠੇ ਖਾਣ ਦਾ ਮਜ਼ਾ ਹੀ ਆ ਜਾਏਗਾ ਸੰਡੇ ਹੋਵੇ ਜਾਂ ਫਿਰ ਕੋਈ ਹੌਲੀਡੇ ਹੋਵੇ ਘਰ ਇਸ ਤਰੀਕੇ ਦੇ ਮੂਲੀ ਦੇ ਪਰੌਂਠੇ ਬਣਾ ਕੇ ਖਾਓ ਬਹੁਤ ਜ਼ਿਆਦਾ ਮਜ਼ਾ ਆਉਂਦਾ ਹੈ ਬ੍ਰੇਕਫਾਸਟ ਕਰਨ ਦਾ ਤੋਂ ਇੱਥੇ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਤਰੀਕੇ ਸਾਡੀ ਪਰੌਂਠੀ ਕਰਾਂਚੀ ਔਰ ਕ੍ਰਿਸਪੀ ਹੋ ਰਹੀ ਹੈ ਪਰੌਂਠੀ ਵੇਲਣ ਦੇ ਤਾਂ ਦੋ ਤਰੀਕੇ ਹੁੰਦੇ ਆ ਲੇਕਿਨ ਸੇਕਣ ਦੇ ਤਾਂ ਇੱਕੋ ਹੀ ਤਰੀਕਾ ਹੁੰਦਾ ਹੈ ਸੋ ਇਸੇ ਤਰੀਕੇ ਅਸੀਂ ਸਾਰੀਆਂ ਹੀ ਪਰੌਂਠੀਆਂ ਸੇਕ ਕੇ ਰੈਡੀ ਕਰ ਲਾਂਗੇ ਦੇਖ ਸਕਦੇ ਹੋ ਗਾਇਜ਼ ਕਿੰਨੀ ਜ਼ਿਆਦਾ ਕਰਾਂ ਮਜ਼ਾ ਆਂਦਾ ਹੈ ਜਿਹੜਾ ਵੀ ਬ੍ਰੇਕਫਾਸਟ ਕਰ ਰਿਹਾ ਹੋਵੇ ਗਰਮਾ ਗਰਮ ਇਸ ਤਰੀਕੇ ਤੁਸੀਂ ਪਰੌਂਠੀ ਬਣਾ ਕੇ ਦੋਗੇ ਉਹਨੂੰ ਖਾਣ ਦਾ ਤੇ ਵਾਕਈ ਬਹੁਤ ਜ਼ਿਆਦਾ ਮਜ਼ਾ ਆ ਜਾਏਗਾ ਤੁਸੀਂ ਦੇਖ ਸਕਦੇ ਹੋ ਜਿਹੜੀ ਅਸੀਂ ਡਬਲ ਲੇਅਰ ਵਾਲੀ ਪਰੌਂਠੀ ਬਣਾਈ ਸੀ ਸਾਰੀ ਫਿਲਿੰਗ ਚਾਰੋਂ ਸਾਈਡਸ ਤੇ ਗਈ ਹੋਈ ਹੈ ਇਕਵਲ ਬਾਹਰੋਂ ਤਾਂ ਦੇਖਣ ਚ ਕ੍ਰਿਸਪੀ ਔਰ ਕਰੰਚੀ ਲੱਗ ਹੀ ਰਿਹਾ ਹੈ ਪਰੌਂਠਾ ਲੇਕਿਨ ਅੰਦਰ ਵੀ ਫਿਲਿੰਗ ਦੇਖਣ ਚ ਬਹੁਤ ਹੀ ਜ਼ਿਆਦਾ ਅੱਛੀ ਲੱਗ ਰਹੀ ਹੈ ਖਾਣ ਚ ਵੀ ਬਹੁਤ ਜ਼ਿਆਦਾ ਟੇਸਟੀ ਸੀ ਹੁਣ ਉਤੋਂ ਅਸੀਂ ਸਰਵ ਕਰਾਂਗੇ ਠੰਡਾ ਠੰਡਾ ਮੱਖਣ ਤੁਸੀਂ ਚਾਹੋ ਤੇ ਠੰਡਾ ਠੰਡਾ ਨਾਲ ਦਹੀਂ ਵੀ ਸਰਵ ਇਸ ਤਰ੍ਹਾਂ ਸਾਡਾ ਐਡਾ ਵਲੌਗ ਅੱਛਾ ਲੱਗਿਆ ਹੋਵੇ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੱਧ ਤੋਂ ਵੱਧ ਲਾਈਕ ਕਮੈਂਟ ਔਰ ਸ਼ੇਅਰ ਕਰਿਓ ਔਰ ਬੈਲ ਆਈਕਨ ਵੀ ਜ਼ਰੂਰ ਦਬਾਓ ਔਰ ਜਿਹੜੇ ਮੇਰੇ ਫਰੈਂਡਸ ਨਵੇਂ ਨੇ ਚੈਨਲ ਤੇ ਉਹ ਵੀ ਸਬਸਕ੍ਰਾਈਬ ਕਰੋ ਨਸੀ ਮਿਲਦੇ ਨੇਕਸਟ ਵੀਡੀਓ ਬਾਏ